ਸਸ਼ੀਗਾਲ ਸੱਤ ਦੇ ਉਤੇ ਤੁਹਾਡਾ ਸਵਾਗਤ ਮੈਂ ਗੁਰਜਿੰਦਰ ਸਿੰਘ ਬੰਦੂ। ਦੋਸਤੋ ਖਾਸ ਕਰਕੇ ਤੁਸੀਂ ਟਾਈਟਲ ਤਾਂ ਉੱਪਰ ਪੜਿਆ ਹੋਣਾ ਉਹ ਜਿਵੇਂ ਤੁਹਾਨੂੰ ਹੈਰਾਨੀ ਹੋਈ ਟਾਈਟਲ ਪੜ੍ਹ ਕੇ ਇਦਾਂ ਹੀ ਮੈਨੂੰ ਹੋਈ ਸੀ ਹੈਰਾਨੀ ਟਾਈਟਲ ਪੜ੍ਹ ਕੇ। ਨੈਸ਼ਨਲ ਮੀਡੀਆ ਦੀ ਆਹ ਖਬਰ ਹੈ ਜਿਹੜੀ ਆਪਾਂ ਖਬਰ ਤੇ ਚਰਚਾ ਕਰਾਂਗੇ। ਖਬਰ ਹੈਗੀ ਹੈ ਕਿ ਲਾਰੈਂਸ ਬਿਸ਼ਨੋਈ ਠੋਕੇਗਾ ਹੁਣ ਖਾਲਿਸਤਾਨੀਆਂ। ਪੰਜਾਬ ਦੇ ਵਿੱਚ ਇੱਕ ਨੈਰੇਟਿਵ ਬੁਣਿਆ ਗਿਆ। ਉਸ ਨੈਰੇਟਿਵ ਨੂੰ ਅੱਗੇ ਫਤਾਇਆ ਗਿਆ ਤੇ ਅੱਜ ਪੰਜਾਬ ਇਹਨਾਂ ਹਾਲਾਤਾਂ ਦੇ ਵਿੱਚ ਆ ਗਿਆ ਅਮਰਤਪਾਲ ਹੁਣ ਤੱਕ ਫਰਾਰ ਹੈ ਦੋ ਵੀਡੀਓ ਅਮਰਤਪਾਲ ਦੀ ਆ ਚੁੱਕੀਆਂ ਨੇ ਅਮਰਤਪਾਲ ਵਾਲੇ ਕਾਂਡ ਤੋਂ ਪਹਿਲਾਂ ਲਾਰੈਂਸ ਬਿਸ਼ਨੋਈ ਜੀ ਦੂਜੀ ਇੰਟਰਵਿਊ ਆ ਗਈ ਸੀ ਪਹਿਲੀ ਇੰਟਰਵਿਊ ਆ ਗਈ ਸੀ ਉਸ ਤੋਂ ਬਾਅਦ ਦੂਜੀ ਇੰਟਰਵਿਊ ਆ ਗਈ ਸੀ ਹੁਣ ਜਿਹੜਾ ਨੈਸ਼ਨਲ মিডিਆ ਨੈਸ਼ਨਲ মিডিਆ ਦਾ ਫੋਕਸ ਹੈਗਾ ਪੰਜਾਬ ਦੇ ਉੱਤੇ ਨੈਸ਼ਨਲ মিডিਆ ਕਿਸੇ ਵੀ ਤਰੀਕੇ ਦੇ ਨਾਲ ਪੰਜਾਬ ਨੂੰ ਭੰਡਣ ਤੋਂ ਕੋਈ ਜਿਹੜਾ ਮੌਕਾ ਉਹ ਮੌਕਾ ਉਹ ਗਵਾਣਾ ਨਹੀਂ ਚਾਉਂਦੇ ਹੈਗੇ ਲੌਰੈਂਸ ਬਿਸ਼ਨੋਈ ਨੂੰ ਹੀਰੋ ਬਣਾਉਣ ਤੇ ਲੱਗੇ ਹੋਏ ਨੇ ਕਿ ਖਾਲਿਸਤਾਨੀਆਂ ਦਾ ਜਿਹੜਾ ਇਲਾਜ ਹੈ ਉਹ ਇਲਾਜ ਲੌਰੈਂਸ ਬਿਸ਼ਨੋਈ ਕਰੂਗਾ ਦੇਖੋ ਕਿੰਦਾ ਵਾਹੀਆਦ ਕਿੰਦਾ ਮਜ਼ਾਕੀਆ ਇੱਕ ਖਬਰ ਹੈ ਲੌਰੈਂਸ ਬਿਸ਼ਨੋਈ ਨੂੰ ਵੱਡਾ ਵੱਡਾ ਬਣਾਉਣਾ ਖਾਲਿਸਤਾਨੀਆਂ ਦੇ ਮੁਕਾਬਲੇ ਗੈਂਗਸਟਰ ਖੜੇ ਕਰਨੇ ਦਿੱਲੀ ਦੇ ਵਿੱਚ ਬੈਠ ਕੇ ਖਬਰ ਚਲਾਉਣੀ ਫਿਰ ਉਹ ਪੂਰੇ ਸੰਸਾਰ ਨੂੰ ਜਾਂ ਪੂਰੇ ਜਿਹੜੇ ਕਾਸ ਕਰਕੇ ਜਿਹੜਾ ਸਾਡਾ ਹਿੰਦੂ ਵੋਟ ਬੈਂਕ ਹੈ ਉਸ ਵੋਟ ਬੈਂਕ ਨੂੰ ਪਰਮਾਉਣ ਦੇ ਲਈ ਇਹ ਸਭ ਕੁਝ ਕਰਨਾ ਜੇਕਰ ਉਹਨਾਂ ਨੂੰ ਸਵਾਲ ਕਰਨਾ ਹੋਵੇ ਵੈਸੇ ਅਸੀਂ ਨਾ ਖਾਲਿਸਤਾਨੀਆਂ ਦੇ ਪੱਖ ਦੇ ਵਿੱਚ ਹਾਂ ਨਾ ਅਸੀਂ ਲਾਰੈਂਸ ਬਿਸ਼ਨੋਈ ਦੇ ਪੱਖ ਦੇ ਵਿੱਚ ਹਾਂ ਪੱਤਰਕਾਰੀ ਦਾ ਕੰਮ ਹੁੰਦਾ ਕਿ ਜਿਹੜੀ ਗੱਲ ਸਹੀ ਗੱਲ ਹੈ ਜਿਹੜੀ ਗੱਲ ਆਜ਼ਾਦ ਗੱਲ ਹੈ ਉਹੋ ਗੱਲ ਕਰਨੀ ਭਾਵੇਂ ਉਹ ਗੱਲ ਕਿਸੇ ਨੂੰ ਚੰਗੀ ਲੱਗੇ ਕਿਸੇ ਨੂੰ ਬੁਰੀ ਲੱਗੇ ਕਿਉਂਕਿ ਜਰਨਲਿਜ਼ਮ ਦੇ ਵਿੱਚ ਹੁੰਦਾ ਕਿ ਫੈਕਟ ਦੇ ਆਧਾਰ ਤੇ ਗੱਲ ਕਰਨੀ ਹੈ ਤੱਥਾਂ ਦੇ ਆਧਾਰ ਤੇ ਗੱਲ ਕਰਨੀ ਖੁੰਡ ਚਰਚਾ ਕਰਨੀ ਨਹੀਂ ਵੀ ਜੋ ਵੀ ਤੁਹਾਡੇ ਮੂੰਹ ਦੇ ਵਿੱਚ ਆ ਗਿਆ ਜਾਂ ਜਿਸ ਕਿਸੇ ਨਾਲ ਤੁਹਾਨੂੰ ਹਮਦਰਦੀ ਹੈ ਤੁਸੀਂ ਉਸ ਬਾਰੇ ਬੋਲ ਦੋ ਐ ਨਹੀਂ ਹੁੰਦਾ ਹੈਗਾ ਹੁਣ ਨੈਸ਼ਨਲ ਮੀਡੀਆ ਕਹਿੰਦਾ ਕਿ ਲਾਰੈਂਸ ਬਿਸ਼ਨੋਈ ਖਾਲਸਾਨੀਆਂ ਨੂੰ ਫੋਕੂਗਾ ਜਾਂ ਇਲਾਜ ਕਰੂਗਾ ਕੀ ਇਲਾਜ ਕਰੂਗਾ ਲਾਰੈਂਸ ਬਿਸ਼ਨੋਈ ਹੈ ਕੀ ਚੀਜ਼ ਹੈ ਜੇਕਰ ਆਪਾਂ ਸਮਝੀਏ ਕਿ ਖਾਲਸ ਹੁਣ ਖਾਲਸਾਨੀ ਨਹੀਂ 84 ਦੇ ਵਿੱਚ ਦਰਬਾਰ ਸਾਹਿਬ ਦੇ ਉੱਤੇ ਜਦੋਂ ਅਟੈਕ ਹੋਇਆ ਉਦੋਂ ਭਾਰਤ ਨੂੰ ਆਪਣੀ ਫੌਜ ਭੇਜਣੀ ਪਈ ਸੀ ਖਾਲਸਾਨੀਆਂ ਦੇ ਵਿਰੁੱਧ ਲੜਨ ਦੇ ਲਈ ਫੌਜ ਤੋਂ ਵੀ ਵੱਡਾ ਹੋ ਗਿਆ ਲਾਰੈਂਸ ਬਿਸ਼ਨੋਈ ਹੁਣ ਸਵਾਲ ਹੋਵੇ ਜਿਸ ਨੂੰ 84 ਦੇ ਵਿੱਚ ਜਦੋਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ ਉਦੋਂ ਭਾਰਤ ਨੂੰ ਫੌਜ ਭੇਜਣੀ ਪਈ ਸੀ ਆਪਣੀ ਤੇ ਫੌਜ ਤੋਂ ਵੀ ਵੱਡਾ ਹੋ ਗਿਆ ਲਾਰੈਂਸ ਬਿਸ਼ਨੋਈ ਹੁਣ ਦੂਜੀ ਗੱਲ ਖਾਲਸਾਨੀਆਂ ਦਾ ਇਲਾਜ ਕਰੂਗਾ ਲਾਰੈਂਸ ਬਿਸ਼ਨੋਈ ਪ੍ਰਧਾਨ ਮੰਤਰੀ ਦਾ ਇੰਦਰਾ ਗਾਂਧੀ ਸ਼੍ਰੀਮਤੀ ਇੰਦਰਾ ਗਾਂਧੀ ਜੀ ਦਾ ਜਿਹੜਾ ਕਤਲ ਹੋਇਆ ਉਹ ਕਤਲ ਵੀ ਕਿਤਨਾ ਕਿਤੇ ਇਸੇ ਮੂਵ ਕਿਤੇ ਨਾ ਕਿਤੇ ਕੀ ਇਸੇ ਮੂਵਮੈਂਟ ਨਾਲ ਸਬੰਧਤ ਸੀ ਦਰਬਾਰ ਸਾਹਿਬ ਦੇ ਉੱਤੇ ਅਟੈਕ ਹੋਇਆ ਇਸੇ ਕਰਕੇ ਸਤਵੰਤ ਬਿਆਨਤਾ ਦਾ ਕਤਲ ਹੋਇਆ ਇਸੇ ਹੀ ਤਿਰ ਦੇ ਵਿੱਚੋਂ ਕੁਝ ਖੜਕਵਾ ਨੇ ਕੁਝ ਅਗਵਾ ਨੇ ਜਰਨਲ ਆਫ ਵੈਦਿਆ ਦਾ ਕਤਲ ਕੀਤਾ ਲਲਿਤ ਮਾਕਾਂ ਦਾ ਕਤਲ ਕੀਤਾ ਜਿੰਦੇ ਸੁਖੇ ਹੋਰਾਂ ਦੇ ਕਿੱਡੇ ਵੱਡੇ ਵੱਡੇ ਕਾਂਡ ਨੇ ਉਹ ਇਸੇ ਇੱਕ ਇਸੇ ਮੂਵਮੈਂਟ ਦਾ ਇੱਕੋ ਪੱਖ ਹੈ ਹੁਣ ਜਾ ਤਾਂ ਜਿਹੜਾ ਮੀਡੀਆ ਉੱਥੇ ਬੈਠਿਆ ਦਿੱਲੀ ਦੇ ਵਿੱਚ ਜਿਹੜੇ ਲੋਕ ਬੈਠੇ ਨੇ ਜਾਂ ਤਾਂ ਉਹਨਾਂ ਨੂੰ ਸਮਝ ਨਹੀਂ ਹੈਗੀ ਪੰਜਾਬ ਦੀ ਵੀ ਕਰਨ ਕੀ ਲੱਗੇ ਹੋਏ ਨੇ ਜਾਂ ਉਹਨਾਂ ਨੂੰ ਸਮਝ ਹੈਗੀ ਹੈ ਉਹ ਜਾਣ ਕੇ ਇੱਕ ਨੈਰੇਟਿਵ ਫਿਰ ਬਣਨ ਤੇ ਲੱਗੇ ਹੋਏ ਨੇ ਕਿ ਲਾਰੈਂਸ ਬਿਸ਼ਨੋਈ ਲਾਰੈਂਸ ਬਿਸ਼ਨੋਈ ਦੀ ਇੱਕ ਫੋਟੋ ਆਈ ਸੀ ਕਿ ਭਾਈ ਰਾਜਵੰਦ ਦੇ ਸਾਹਮਣੇ ਹੱਥ ਜੋੜੀ ਖੜਾ ਸੀ ਜਦੋਂ ਕਿਤੇ ਪੇਸ਼ੀ ਤੇ ਜਾਂਦਾ ਸੀ ਜਾਂ ਸ਼ਹੀਦ ਭਗ ਸਿੰਘ ਦੀ ਫੋਟੋ ਹੁੰਦੀ ਸੀ ਟੀ-ਸ਼ਰਟ ਦੇ ਉੱਤੇ ਲਾਰੈਂਸ ਦੇ ਜਾਂ ਹੁੰਦੀ ਸੀ ਸੰਤ ਭਿੰਡਰਾਲਾਣੇ ਦੀ ਫੋਟੋ ਅਖਰ ਫਿਰ ਦੋਸਤੋ ਤੁਹਾਡੇ ਮਨਾਂ ਦੇ ਵਿੱਚ ਵੀ ਸਵਾਲ ਆਉਂਦੇ ਹੋਣੇ ਕਿ ਅਖਰ ਮੀਡੀਆ ਇਹੋ ਜੀਆਂ ਗੱਲਾਂ ਕਿਉਂ ਕਰਦਾ ਕਿਉਂ ਉਹ ਉਹ ਹੀ ਗੱਲਾਂ ਕਹਿੰਦੇ ਨੇ ਕਿ ਲਾਰੈਂਸ ਬਿਸ਼ਨੋਈ ਤੇ ਖਾਲਿਸਤਾਨੀ ਵਰਸਸ ਬਣਾ ਕੇ ਉਹ ਖੜਾ ਕਰਦੇ ਨੇ ਇਹ ਜਿਹੜਾ ਨੈਰੇਟਿਵ ਹੈ ਇਹ ਇਲੈਕਸ਼ਨ ਦੇ ਵਿੱਚ ਨੈਰੇਟਿਵ ਬੜਾ ਫਿੱਟ ਬੈਠਦਾ ਕਿ ਧਿਰਾਂ ਬਰਾਬਰ ਦੀਆਂ ਖੜਾ ਖੜੀਆਂ ਕਰੋ ਉਹਨਾਂ ਧਿਰਾਂ ਨੂੰ ਆਪਸ ਦੇ ਵਿੱਚ ਲੜਾਓ ਹੁਣ ਜਿਹੜੇ ਗੈਂਗਸਟਰ ਨੇ ਇਹ ਕਿਤਨਾ ਕਿਤੇ ਇੱਕ ਫਿਲਮਾਂ ਦੇ ਹੀਰੋ ਵਾਂਗ ਵੱਡੀ ਤਸਵੀਰ ਬਣਾ ਕੇ ਇਹਨਾਂ ਲੋਕਾਂ ਦੇ ਵਿੱਚ ਰੱਖੀ ਜਾਂਦੀ ਹੈ ਤੇ ਇੱਕ ਵੱਡਾ ਨੌਜਵਾਨ ਤਬਕਾ ਉਹਨਾਂ ਨੂੰ ਫੋਲੋ ਵੀ ਕਰਦਾ ਤੇ ਅੱਗੇ ਫਿਰ ਹਾਲਾਤ ਕੀ ਬਣਦੇ ਨੇ ਉਹ ਸਭ ਤੁਹਾਡੇ ਸਾਹਮਣੇ ਹੈ ਜਿਹੜੀਆਂ ਗੱਲਾਂ ਆਪਣੇ ਬਿਲਕੁਲ ਮਤਲਬ ਨੁਕਸਾਨ ਜਿਹੜੇ ਹੋਏ ਨੇ ਉਹ ਨੁਕਸਾਨ ਬਿਲਕੁਲ ਆਪਣੇ ਸਾਹਮਣੇ ਨੇ ਹੁਣ ਇੱਕ ਪਾਸੇ ਤਾਂ ਲਾਰੈਂਸ ਬਿਸ਼ਨੋਈ ਨੂੰ ਦਿਖਾਇਆ ਜਾ ਰਿਹਾ ਦੂਜੀ ਪਾਸੇ ਦਿਖਾਇਆ ਜਾ ਰਿਹਾ ਕਿ ਖਾਲੇਸਾਨੀ ਦਿਖਾਏ ਜਾ ਰਹੇ ਨੇ ਆਪਸ ਦੇ ਵਿੱਚ ਮੇਲ ਹੈਗਾ ਕੋਈ ਇਸ ਖਾਲੇਸਾਨੀ ਆਂਦਾ ਜਾਂ ਲਾਰੈਂਸ ਬਿਸ਼ਨੋਈ ਦਾ ਆਪਸ ਦੇ ਵਿੱਚ ਮੇਲ ਹੈਗਾ ਕੋਈ ਸੋ ਜਿਹੜੀਆਂ ਇਹੋ ਜਿਹੀਆਂ ਗੱਲਾਂ ਨੇ ਅਸੀਂ ਬਾਰ ਬਾਰ ਕਹਿੰਨੇ ਆ ਕਿ ਨੈਸ਼ਨਲ ਮੀਡੀਆ ਕਿ ਤਰ੍ਹਾਂ ਕਿਤੇ ਕਿਸਾਨੀ ਅੰਦੋਲਨ ਦੀ ਪੜਾਅ ਸੇ ਵੀ ਕੱਢਣ ਤੇ ਲੱਗਿਆ ਹੋਇਆ ਜਦੋਂ ਪੰਜਾਬੀਆਂ ਨੇ ਵਿਰੋਧ ਕੀਤਾ ਸੀ ਨਾ ਪੰਜਾਬੀਆਂ ਨੇ ਕੀ ਤਮਾਮ ਕਿਸਾਨਾਂ ਨੇ ਵਿਰੋਧ ਕੀਤਾ ਸੀ ਨਾ ਕਿ ਇਹ ਤਾਂ ਗੋਦੀ ਮੀਡੀਆ ਗੋਦੀ ਮੀਡੀਆ ਸਹੀ ਖਬਰਾਂ ਨਹੀਂ ਦਿਖਾਉਂਦਾ ਹੈਗਾ ਤਾਂ ਉਹ ਹੀ ਪੜਾਅਸ ਕੱਢਣ ਤੇ ਲੱਗਿਆ ਹੋਇਆ ਹੁਣ ਵੀ ਇਹੀ ਖਬਰ ਲਗਾਤਾਰ ਮੀਡੀਏ ਦੇ ਵਿੱਚ ਚਲਾ ਰਿਹਾ ਕਿ ਜਿਹੜਾ ਲਾਰੈਂਸ ਬਿਸ਼ਨੋਈ ਹੈ ਲਾਰੈਂਸ ਬਿਸ਼ਨੋਈ ਖਾਲੇਸਾਨੀਆਂ ਨਾਲ ਸਿੱਧੀ ਟੱਕਰ ਲਾਏਗਾ ਸੋ ਜਿਹੜੇ ਹਾਲਾਤ ਨੇ ਕੀ ਬਣਨ ਵਾਲੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਭ ਦੇਖਣ ਵਾਲਾ ਹੋਊਗਾ